ਮਾਲੀਏ ਬਾਜਿਆ ਕਰ ਮਾਲੀਏ ਬਾਜਿਆ ਬਾਜਿਆ ਗੱਲ ਕਰ ਲੋ ਅੱਬਾ ਆ ਜਾਂਦਾ ਇੱਥੇ ਦੀ ਬਣ ਕੇ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਆ ਬਾਈ ਕੀ ਹਾਲ ਹੈ ਹੁਤੋਂ ਚਾਚਾ ਆ ਪੁੱਤ ਜਨਾਬ ਨਵੇਂ ਦੁੱਧ ਕਰਾਉਣੀ ਆ ਟੀਚਰ ਆਣੀ ਆ ਆ ਜਨਾਬ ਹਾਂ ਵੱਛਾ ਤੁਹਾਡੇ ਕੋਲ ਹੈ ਹਾਂ ਬਿਲਕੁਲ 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 ਅੱਛਾ ਇੰਜ ਹੈ ਹਾਂ ਰੁਪਈਆ ਲੱਡਣਾ ਹੈ 20,000 ਬੜੇ ਖਰਚੇ ਨੇ ਬੜੀਆਂ ਮੰਦਿਆਈਆਂ ਹਨਾ ਜੇ ਉਹ ਸਾਥ ਤੁਰ ਚੈਂਦਾ ਨੇ ਤਾਂ 20,000 ਦਿਓ ਜੇ ਨਹੀਂ ਦੇਂਦਾ ਤਾਂ ਅੱਧੇ ਅਸਾਂ ਬਾਈ ਲੋਤਾਂ ਤੇ ਸਾਹਿਬ ਭਲੇ ਸੀਤੇ ਮੈਂ ਦੱਸਿਆ ਨਾ ਉਹ ਛੋਰਾ ਤੇਰੇ ਕੋਲ ਮੈਂ 20,000 ਰੁਪਈਆ ਲਿਆ ਉਹ ਮੈਨੂੰ ਉਹਦੀ ਯਾਦ ਆ ਗਿਆ ਇਵੇਂ ਰੱਬੀ ਆ ਗਿਆ ਮੈਂ ਜਾਊ ਆਮ ਘਰ ਤੁਹਾਡੇ ਉਹ ਜਿਹੜਾ ਭੈਣਾ ਵੇ ਕਿਤੇ ਦੇ ਆਇਆ ਚਾਚੇ ਨਾਲ ਲੈ ਆ ਪੁੱਤ ਪੈਸੇ ਤੇਰਾ ਭਲਾ ਹੋਵੇ ਭਾਈ ਅੱਬਾ ਮੈਨੂੰ ਦੱਸੋ ਇਹ ਮੁਲਾ ਤੂੰ ਧਾਰ ਚਾਵਣ ਤੂੰ ਸਿਓ ਨਹੀਂ ਤੇਰਾ ਚੂਤਾ ਛੁੱਟਦਾ ਉਹ ਮੇਰਾ ਪੁੱਤ ਸਪਰੇ ਚਾਵਣਾ ਤੇ ਪੈਸਾ ਕੋਲ ਆ ਕੋਈ ਨਾ ਤੇ ਛੋਟ ਟਕਰ ਗਿਆ ਇਹਦੇ ਕੋਲ ਮੈਂ ਪੈਸੇ ਨੱਪੇ ਤਾਂ ਮੈਂ ਸਪਰੇ ਚ ਆ ਜਾਂਦਾ ਸਾਡਾ ਵਿਰਾ ਅੱਲਾ ਮਾਫੀ ਦੇ ਕੋ ਪੈਸਿਆਂ ਦੀ ਵੰਡ ਹੈ ਆ ਅੱਛਾ ਕੀ ਪਿਆਂਦੇ ਆ 20,000 ਰੁਪਇਆ ਲੱਜਣਾ ਭਾਈ ਦੇ ਪੋਤਰ ਲੋ ਜਨਾਬ ਤੁਸੀਂ ਲੈਣਾ ਕਿ ਚਾਚੇ ਨੂੰ ਦੇ ਯਾਰ ਬੈਨ ਦੇ ਛੱਡ ਹੋ ਚਲੋ ਠੀਕ ਹੋ ਗਿਆ ਜਿਹੜਾ ਇਹ 20,000 ਲਿਆ ਹੈ ਨਾ ਹੁਣ ਇਹਦੇ ਚ ਵੇਖੀ ਜਿਹੜੇ ਇਸਦੇ ਬੱਚੇ ਉਸ ਸਨ ਡੱਬੇ ਰੰਗ ਦੇ ਉਸ ਸਨ ਜਿਵੇਂ ਡੱਬਾ ਸਾਡਾ ਦਾੰਦ ਥਲਾ ਹੋਇਆ ਸਹੀ ਠੀਕ ਹੈ ਇਸ ਵਾਸਤੇ ਪੁੱਤ ਲੈਣ ਦੀ ਬਦਾਨ ਚੰਗਾ ਬਸ ਠੀਕ ਹੈ ਹੁਣ ਥੈਰ ਨਾਲ ਜਾਓ ਹਾਂ ਤੇ ਤੁਹਾਡਾ ਸਾਮ ਇੰਨੇ ਸਮਝੋ ਪੇ ਮੈਂ ਚਾਰ ਦੇ ਮਿਹਰਬਾਨੀ ਬਾਜ ਕਿਉਂਕਿ ਸਾਰੀਆਂ ਉਮੀਦਾਂ ਸਨ ਗਾਂ ਤੇ ਹੀ ਨਹੀਂ ਹੁਣ ਇੱਥੇ ਰਹੋ ਤੁਸੀਂ ਦੋਵੇਂ ਇੱਥੇ ਡੱਪਾ ਮਾਰੋ ਤੇ ਮੈਂ ਉਹ ਤਾਮ ਤਰਾ ਲਵਾਂ ਦਾਂ ਠੀਕ ਹੈ ਬਾਜ ਪੁੱਤ ਬਾਜ ਦਾਂ ਛੱਡ ਇਥੋਂ ਮੈਨੂੰ ਪੁੱਤ ਬੜੀ ਪਰੇਸ਼ਾਨੀ ਆਈ ਤੇਰੇ ਪੈਸਿਆਂ ਦੀ ਰੱਬੀ ਤੁਸੀਂ ਆ ਗਏ ਮੈਨੂੰ ਯਾਦ ਆ ਗਏ ਮੈਂ ਪੈਸੇ ਪੁੱਤ ਦੇ ਦੇਣੇ ਆ ਚਲੋ ਅਸੀਂ ਵੀ ਅਗਾਂਹ ਜਾਂਦੇ ਹਾਂ ਬਾਜੀ ਚਲੋ ਠੀਕ ਹੈ ਸ਼ਹਿਜ਼ਾਦ ਪੋਤਰ ਆ ਜਾਂਦਾ ਨਾ ਉਹਨੂੰ ਮੈਂ ਗਲੇ ਨਾ ਮੈਥੋਂ ਨੂੰ ਉਤਰੀ ਸ਼ਹਿਜ਼ਾਦ ਪੋਤਰ ਆ ਜਾਂਦਾ ਤਾਂ ਫਲਾਣਾ ਕਰ ਲੈਂਦਾ ਸ਼ਹਿਜ਼ਾਦ ਪੋਤਰ ਆ ਜਾਂਦਾ ਤਾਂ ਦਿਗਾਣਾ ਕਰ ਲੈਂਦਾ ਕੀ ਖਾਣੀ ਆ ਮੇਰੀ ਭੈਣ ਕੱਪੜਿਆਂ ਦੀ ਹਾਲਾਤ ਹੈ ਤਾਂ ਕੱਪੜੇ ਬਦਲ ਲੈ ਉਹ ਦਵਾਈ ਵਾਲਾ ਮੰਬਾ ਗੱਲ ਹੁਣ ਇੰਜੇ ਹੁਣ ਬੜਾ ਕੀ ਸੀਨ ਹੈ ਕਿਹਦਾ ਪੁੱਤ ਹੁਣ ਗਾਂ ਬਣ ਗਈ ਸੂਹਣ ਵਾਲੀ ਹੈ ਉਹ ਜਿਵੇਂ ਆਉਂਦੇ ਹੋ ਕੀ ਆਉਂਦੇ ਹੋ ਕੀ ਸਦੇਂਦੇ ਹੋ ਉਹ ਗਾਂ ਪੋਤਰੋ ਕਾਈ ਨਹੀਂ ਰਹੀ ਹੋਈ ਕਿਉਂ ਕਾਈ ਨਹੀਂ ਸੂਹਣ ਵਾਲੀ ਗਾਂ ਪਿਨਾ ਛੜਿਆ ਆ ਬਾ ਉੱਪਾ 20,000 ਰੁਪਇਆ ਮੈਂ ਦਿੱਤਾ ਓਏ ਉਹ ਹੁਣ 20,000 ਅਗਲਾ ਤਾਂ ਅੱਗੇ ਵੱਧ ਗਿਆ ਅੱਛਾ ਗਾਂ ਕਾਈ ਨਹੀਂ ਰਹੀ ਹੋਈ ਉਹ ਨਵੇਂ ਸਿਰ ਪੋਤਰ ਦੁੱਧ ਨਵੇਂ ਕਰਾਉਣੀ ਹੈ ਤੇ ਤਾਂ ਗੱਲ ਬਣਨੀ ਹੈ ਹੁਣ ਭਾਵੇਂ ਉਹ ਮੋੜ 20 ਲੈ ਸਨ ਗਏ ਤੇ ਭਾਵੇਂ ਬਾਲੇ ਲੈ ਸਨ ਸੁਣਾ ਤਾਂ ਗਾਂ ਬਖਸੀ ਗਈ ਤੇ ਤਾਂ ਉਹਨੂੰ ਵੇਚਣਾ ਤਾਂ ਜਿਹੜਾ ਤੂੰ ਸਬਜ਼ੀ ਦੇ ਨਾਲ ਇੱਕ ਕਾਲੀ ਪੂਰੀ ਵੀ ਮੰਗਾ ਤਾਂ ਕਿ ਆ ਜਿਹੜੇ ਬੱਗੇ ਨੇ ਕਾਲੇ ਰਹਿਣ ਮੈਂ ਵੀ ਜਾਣਾ ਹਮਾਮ ਦੇ ਕਾਲੇ ਹੀ ਇਹ ਬੱਗੇ ਕਿੱਥੋਂ ਹੈ ਬੱਗੇ ਆਣ ਕੇ ਦੇਖ ਪੋਤਰੇ ਇਵੇਂ ਤੈਨੂੰ ਪਤਾ ਖਪਦਾ ਰਹਿ ਜਾਂਦਾ ਹੁਣ ਭਲਾ ਕਿਤੇ ਜਾਵੀਏ ਮੋੜੂ ਨਾ ਆਉਂਦੇ ਬੂਹੇ ਹੋਰਾਂ ਬਾਜਿਆ ਉਹਨੂੰ ਹੁਣ ਮੋੜ ਲੈ ਜਾਵੀਏ ਮੈਂ ਤਾਂ ਅੱਗੇ ਉਹ ਗਵੇੜ ਕਰਦਾ ਪਿਆ ਮੈਂ ਚਲੋ ਜੀ ਮੈਂ ਹੁਣ ਅੱਜ ਇੰਜੇ ਹੀ ਜਾਣਾ ਹੈ ਚਲੋ ਬਾਜਿਆ ਇਵੇਂ ਹੀ ਹੁਣ ਜੋ ਨਦੀ ਪੋਤਰੇ ਜੀ ਕੋ ਆਟਾ ਉੱਤੇ ਗੋਨ ਮੋੜਮ ਦੇ ਪੈ ਕਸ਼ ਲਿਆ ਦਿੰਦਾ ਹੈ ਹਸਨੈਨ ਲਿਆ ਦੇ ਕਸ਼ ਪੈ ਹਾਂ ਠੀਕ ਹੈ ਯਾ ਹਸਨੈਨ ਨੂੰ ਗੱਲ ਲਿਆ ਦਿੰਦੇ ਹੁਣ ਦਾ ਲੈਣ ਜਾਏ ਹਾਂ ਭਾਈ ਇਹ ਜਿਹੜੇ ਛਸੋਤਰੇ ਹੈ ਨਾ ਹਾਂ ਇਹਨਾਂ ਨੂੰ ਪਤਾ ਛੱਡੀਏ ਮੇਰਾ ਦਿਲ ਥਾ ਮੇਰਾ ਪੁੱਤ ਤੂੰ ਲੈ ਜਾ ਮੈਂ ਨਾ ਕਦੀ ਦੂਵੇ ਆ ਵੇਦਾ ਪਿਆ ਵਿੱਚ ਇਹਨਾਂ ਨੂੰ ਹੁਣ ਕੀੜਾ ਲੱਗਦਾ ਪਿਆ ਹੈ ਇਹਨਾਂ ਨੂੰ ਖਵਾ ਕੇ ਨਾ ਪੁੱਤਰ ਹਾਂ ਇਹਨਾਂ ਨੂੰ ਕਿਸੇ ਘਰ ਤੇ ਲਾ ਸਾਬਾ ਉਹ ਕੀੜਾ ਤਾਂ ਤੁਸੀਂ ਸਾਡੇ ਪਿਓ ਬੋਦਰ ਦੀ ਜ਼ਿੰਦਗੀ ਨੂੰ ਲਾ ਜੀ ਵਾਹ ਲੈ ਤੁਮ ਸਾਹ ਖੈਰ ਸਾਹੇ ਇਹ 20,000 ਕਿਹਦਾ ਲਿਆ ਹੈ ਹੈ
20,000 ਕਿਹ ਦਾ ਲਿਆ 20,000 ਤੇਸ ਦਾ ਲਿਆ ਦਾਨ ਨਾ ਹੀ ਲੈ ਇੱਥੇ ਆਇਆ ਉਹਦੇ ਪੱਲੇ ਕਾ ਛੱਡੀ ਨੇ ਅੱਬਾ ਪਿਆਂ ਦਾ ਮੋੜ ਰਹਿ ਗਈ ਏ ਉਹ ਤਾਂ ਗਾਂ ਰਹੀ ਕਾਈ ਨਹੀਂ ਕਾਈ ਨਹੀਂ ਰਹੀ ਬਲਕਿ ਹੁਣ ਮੈਨੂੰ ਹਿੱਤ ਦਾਲ ਦੱਸੋ ਭਲਾ ਅਸਾਂ ਬੱਦੀ ਦਾੜੀ ਨਾਲ ਤੂੜ ਮਾਰਨਾ ਪਿਓ ਪੁੱਤਰ ਇਹ ਦੱਸੋ ਬਈ ਜਿਸ ਜਿਹੜੇ ਦਾਂ ਬਣਵਾ ਤੇ ਲਾਹ ਦੇ ਹੋ ਦਾਂ ਨੂੰ ਪਾਣੀ ਛੱਡਾ ਤਾਂ ਨਹੀਂ ਪੀਵਾਇਆ ਹਾਂ ਚਬਲ ਮਾਰ ਬੈਠਿਆ ਸੀ ਹੈ ਪੀਵਾਇਆ ਪਾਣੀ ਮੋੜ ਕਿਦੂ ਹਸਰਾਣਾ ਮੇਰਾ ਬਿਰਾ ਤੇ ਤੁਸਾਂ ਦੱਸਣਾ ਅਸਾਂ ਤੇ ਦੱਸਣਾ ਦਾਤਰ ਦਾ ਕੰਮ ਆਉਂਦਾ ਦਵਾਈ ਦੇ ਛੱਡਣੀ ਮਰੀਜ਼ ਦਾ ਕੰਮ ਆਉਂਦਾ ਜ਼ਿੰਮੇਦਾਰੀ ਨਾਲ ਲੈਣੀ ਤੁਹਾਨੂੰ ਮੈਂ ਬੈਠਾ ਤੇ ਹੁਣ ਰਹੀ ਕਾਈ ਨਾ ਹਾਂ ਤੇ ਹੁਣ ਜਿਹੜਾ ਹੈ ਨਾ ਰੁਪਈਆ 20,000 ਦਿਓ ਚਲੋ ਗਲਤੀ ਓਹਦੇ ਕੋਲ ਬੰਦੇ ਆਈ ਏ ਬੜੀ ਅੱਬਾ ਪਿਛਲਾ 20 ਤੋਂ ਲਾਇਆ ਮੈਨੂੰ ਲਾਵਣ ਦੇ ਤੱਲੂ ਨੂੰ ਵੀ ਤਾਸ਼ ਆਪਣੇ ਲੈਣ ਦੇ ਤਰੀਮ ਪੋਡੋ ਸੁਰਸੀ ਸੁਰਸੀ ਪਿਛਲਾ 20 ਤੇਰੇ ਮਗਰ ਲੱਗਾ ਹੈ ਨਾ ਗੋਲੀ ਮਾਰ ਯਾਰ ਗਾਂ ਨੂੰ ਤੂੰ ਮੁੱਲ ਲੈ ਲੈਣੇ ਆ ਤੁਸਾਂ ਕਦੋਂ ਮੁੱਲ ਲੈਣੇ ਨੂੰ ਬੇ ਫਿਕਰ ਆ ਹੁਣ ਸਾਡੀ ਗਾਂ ਰਹਿ ਜਾਣੀ ਹੈ ਤੇ ਅੱਗੇ ਤੇਰੀ ਸਿਹਤ ਕਾਈ ਨਹੀਂ ਜੂ ਸ਼ਾਇਦ ਥੱਲੇ ਵੜਿਆ ਜਾਂਦਾ ਗਾਹ ਹੋ ਜੋ ਜਗੋਰਾ ਬਾਜੇ ਘਰ ਛੱਡ ਪਰ ਇਹਨੂੰ ਆ ਮੈਂ ਤਾਂ ਬਿਆ ਕੇ ਵੇ ਗਾਹ ਬਣਾ ਲਿਆ ਬਕੋ ਪਟਿਆ ਤੂੰ ਅੱਬੇ ਨੂੰ ਮੇਰਾ ਨਾਂ ਲੈ ਆ ਪੂਰਾ ਕਾਈ ਨਹੀਂ ਲੋੜ ਗਾਹ ਜਾਣ ਇਹ ਸੱਤਰੀ ਤਾਂ ਲਈ ਆ ਚਲੋ ਬੱਕਰੀ ਦੇ ਕੰਮ ਤਾਂ ਆਉਂਦੀ ਹੈ ਆ ਗਿਆ ਅੱਬਾ ਆ ਗਿਆ ਪੁੱਤ ਅੱਬਾ ਮੈਂ ਪੈਸੇ ਤਾਂ ਦੇ ਮੈਂ ਕੱਪੜੇ ਲੈ ਕੇ ਆਣੇ ਆਪਣੇ ਕੱਪੜੇ ਲੈਣੇ ਨੂੰ ਹਾਂ ਕੱਪੜੇ ਲੈ ਲੈਨੇ ਆ ਪੋਤੋ ਕਰੀਏ ਜੇ ਅੱਗੇ ਦੀਵਾਰ ਹੋ ਕੱਪੜੇ ਲੈ ਲੈਨੇ ਆ ਗਾਂ ਖੈਰ ਤੇ ਨੇੜੇ ਲੱਗੀ ਖੜੀ ਹੈ ਕੱਪੜੇ ਕੱਪੜੇ ਜੁੱਤੀ ਵੀ ਪੋਤ ਨੂੰ ਲੈ ਦੇ ਸਾਂ ਹਾਂ ਗਾਂ ਨੇੜੇ ਖੈਰ ਤਾ ਕਿਤਨੇ ਕਿ ਦਿਆਂ ਦੇ ਨੇੜੇ ਉਹ ਮੋੜ ਹੁਣ ਪੋਤ ਨਹੀਂ ਅੱਲਾ ਕਰਨਾ ਹੈ ਤੇ ਹਾਂ ਅੱਲਾ ਕਰਨਾ ਹੈ ਅਸਾਂ ਤੇਰੀ ਉਮਾਰੇ ਚਾ ਜਾਣਾ ਹੈ ਉਸਲ ਗਾਂ ਸੂ ਜਾਣਾ ਉਹ ਨਹੀਂ ਇਹ ਭੈੜੇ ਸੂ ਜਾਸੀ ਗਈ ਗਾਂ ਉਹਦੀ ਬਲਾ ਹੁਣ ਕੰਡੀਸ਼ਨ ਕੀ ਹੈ ਗਾਂ ਦੀ ਕੀ ਹੈ ਆ ਕੀ ਹਾਲਾਤ ਹੈ ਕੋ ਸਾਨੂੰ ਵੀ ਦੱਸ ਬਣ ਸਾਡੀ ਪੱਕਾ ਹਾਂ ਮੁੜ ਸੋਚ ਲਾ ਨਹੀਂ ਤੇ ਕੀ ਹੋਇਆ ਉਹਦੀ ਹਾਲਾਤ ਕਾਇ ਰਹਿ ਨਾ ਬਤਾ ਤੂੰ ਪੈਣਾ ਹਾਲ ਹਲ ਗੱਤੀ ਖਲੀ ਬਾਹਰ ਕਿਲੇ ਤੇ ਮੋੜ ਤਾਂ ਨਹੀਂ ਲੈ ਜਾਵਾਂ ਨਾਲ ਹੀ ਬਾਜੇ ਆ ਕਬਲ ਪੂਰਾ ਉਹ ਮੈਂ ਤਾਂ ਨਾ ਮੋੜ ਲੈ ਜਾਵਾਂ ਨਾਲ ਹੀ ਪਹਿਲੇ ਵੇਖੀ ਐਵੇਂ ਕੋਹਨੂੰ ਲੈ ਜਾਵਾਂ ਵਾਲੀ ਹੋਣੀ ਉਹ ਮੈਂ ਵੇਖੀ ਬੈਠਾ ਉਹਦਾ ਮੈਨੂੰ ਪਤਾ ਲੱਗ ਗਿਆ ਇਹ ਤੂੰ ਹੁਣ ਇੱਕ ਕੰਮ ਕਰੇ ਪੈਸੇ ਜਿਹੜੇ ਨਾ ਉਹ ਪੁੱਤ ਕੋ ਚੋਖੜੇ ਲਾ ਲੈ ਤੂੰ ਗਾਂ ਹੀ ਵੇਚ ਅਸੀਂ ਪਰਨਿੰਦਾ ਹੀ ਨਹੀਂ ਸੀ ਅੱਗੇ 20,000 ਮੋਲ 20,000 ਹੁਣ ਉਹਨਾਂ ਪਤਾ ਨਹੀਂ ਕਿਤਨੇ ਮੰਗਣੇ ਓਏ ਹੁਣ ਗਾਂ ਮੈਂ ਕਿਵੇਂ ਦੇ ਛੱਡਾ ਮਾਥਾ ਨੂੰ ਕਿਵੇਂ ਟਾਂਗੇ ਲਾਉਣਾ ਹੈ ਤੂੰ ਤਾਂ ਸਰ ਫਾ ਦੇ ਛੱਡਣਾ ਤਾਂ ਚੰਗੀ ਗੱਲ ਤੂੰ ਪੈਸੇ ਚੋਖੜੇ ਚਾ ਲੈ ਨਾ ਉਹਨਾਂ ਦੇ ਨਾਲ ਸਾਰੀ ਗੱਲ ਕਰ ਸਾਂਗੇ ਜੇ ਭਰਨੇ ਪੈ ਤੇ ਦੇ ਲਈ ਸਾਂਗੇ ਔਰ ਪੈਸੇ ਲਾ ਕੇ ਤੇ ਭਾਜਿਆਗਾ ਕੀ ਡੜਾ ਆਇਆ ਹਰ ਵੇ ਖਾਵਣ ਤੇ ਤੈਨ ਮੇਰਾ ਪੋਟ ਡਟਿਆ ਰਹਿੰਦਾ ਹੈ ਨਾ ਅੱਬਾ ਸਹੀ ਥਾਂਦਾ ਪਿਆ ਹਾਂ ਚੱਲ ਨੂੰ ਜਿਹੜਾ ਹੈ ਗੁਲਾਮ ਸ਼ਬੀਰ ਵੀ ਤਾਂ ਆਵਣਾ ਬਹੁਤ ਪਤਾ ਨੇ ਗੁਲਾਮ ਸ਼ਬੀਰ ਆਉਣਾ ਕਿ ਰਾਣੀ ਆਉਣਾ ਮੇਰਾ ਪੁੱਤ ਕੀ ਪਤਾ ਲੈ ਅਸਲਾਮ ਅਲੈਕੁਮ ਜੀ ਵਾਲਾਕੁਮ ਅਸਲਾਮ ਇਹ ਦੱਸੋ ਆਪਾਂ ਪਿਓ ਪੁੱਤਰ ਸਾਥੇ ਕੀ ਲਾਣਾ ਮੋੜ ਨਹੀਂ ਰਹੀ ਜਦੋਂ ਦਾਂ ਬਣਵਾ ਤੇ ਦਏ ਹੋ ਦਾਂ ਨੂੰ ਤੋੜ ਤੇ ਲੈ ਦਏ ਹੋ ਜਾਂ ਚਾਹ ਤੇ ਤੋੜ ਕੇ ਹੀ ਲੈ ਜਾਣੀ ਆ ਹੋਰ ਅਸਾਂ ਤੋੜ ਤੇ ਲੈ ਜਾਣੀ ਆ ਅੱਬਾ
ਦਾਨ ਟੋਰ ਤੇ ਲੈ ਦੇ ਨਾ ਹੱਥੀ ਮੇ ਰਹਿਣੀ ਆ ਉਹ ਕਾਇ ਨਹੀਂ ਰਹਿ ਤੁਸੀਂ ਸਾਨੂੰ ਦੱਸਿਆ ਬਚਾ ਕੇ ਲੈ ਜਾਉਣੀ ਨੇ ਅੱਲਾ ਦੇ ਬੰਦੇ ਡਾਕਟਰ ਦਵਾਈਆਂ ਦਿੰਦੇ ਨੇ ਤੋੜ ਧਰ ਥੋੜਾ ਫੜਾਈਂਦੇ ਨੇ ਉਹ ਰੇਂਜ ਕਰੋ ਹਾਂ ਬਈ ਉਹ 20,000 ਯਾਰ ਲੈ ਲਓ ਮੋੜ ਆਪਣਾ ਕੰਮ ਥਾਰ 20,000 ਰੁਪਈਆ ਤਬਦੀਲੀ ਆ ਜਾਈਏ ਪੰਜ ਉੱਤੇ ਕਰ ਲਾ ਪੋਤਰੋ ਜਿਹੜਾ ਦੰਦੋਰ ਸਾਨੂੰ ਢੀਂਦਾ ਨਾ ਤੁਰਬਾਨੀ ਤੇ 50,000 ਦਾ ਅੱਲਾ ਦੇ ਬੰਦੇ ਡੇਢ ਲੱਖ ਤੇ ਫੜਿਆ ਪਿਆ ਬਿਲਕੁਲ ਭਾਈ ਰੁਪਈਆ ਲੱਜਣਾ ਨੇ 60,000 ਹਾਂ ਇਹ ਤੱਲੂ ਦਾ ਫੈਸਲਾ ਹੈ ਨਿਵਾਜ਼ ਸ਼ਰੀਫ ਦੇ ਦੌਰੇ 60 ਰੁਪਈਆ ਦਾ ਪੈਟਰੋਲ 1 ਲੀਟਰ ਆ ਹੁਣ 120 ਹੋਇਆ ਹਾਂ ਉਹ ਗਾ ਕੋਜ ਮਾਤਾ ਨਾ ਪਿਆਰ ਮਾ ਬਾਤ ਯਾਰ ਤੁਸੀਂ ਦਾ ਆਪਣੀ ਲੈ ਜਾਓ ਲਾਇੰਦੀ ਦੇ ਟਾਈ ਨਾ ਇਸਲਾਮਾਬਾਦ ਜਾਂਦੇ ਪਏ ਇਮਰਾਨ ਖਾਨ ਦੀਆਂ ਦੋ ਦਾਈਨ ਵਾਲੀ ਟਣੀ ਤੇ ਉਹਨਾਂ ਦੀ ਡਿਸਟਸ ਰਣ ਜਾਂਦੇ ਪਏ ਪੁੱਤ ਦੇ ਤੂੰ ਪੈਸੇ ਦੇ ਅੱਲਾ ਚੰਗੀ ਕਰੇ ਸੀ ਗਿਆ ਨਾ ਪਰੇਸ਼ਾਨ ਹੋ ਕਿੰਨੇ 30 40 50 60 ਹੁਣ ਪੂਰਾ ਸਾ ਅੱਬਾ ਹਾਂ ਉਦਾਂ ਵਾਲਾ ਸਮਝ ਆ ਤੇ ਤਰਾ ਤੂੰ ਚੱਲ ਆ ਬਸ ਜਾ ਬੈ ਸੁਣਿਆ ਦੁਆ ਕਰੀ ਕੁਝ ਕਰਮਿਆ ਦੁਆ ਕਰੀ ਯਾ ਅੱਲਾ ਖੈਰ ਵਾਹ ਤੱਲੂ ਵਾਹ ਹੈਂ ਤੂੰ ਇੰਜ ਵੀ ਤਰ ਲੈਣਾ ਹੈ ਹੈਂ ਬੜਾ ਬਾਥੂ ਬੱਥਾ ਹੀ ਹੈ ਨਾ ਪਿਓ ਪੁੱਤਰਾਂ ਨੂੰ ਚੱਲ ਬਾਈ ਬੋਚੇ ਚ ਯਾਰ ਮੰਜੀ ਕਾਹੀ ਅੰਦਰ ਓ ਸ਼ਰਾਦ ਓ ਇੱਥੇ ਖੁਰਲੀ ਦੇ ਲਈ ਸਿਰਾਣਾ ਘੱਟ ਕੇ ਪਿਓ ਆ ਅੱਲਾ ਦੇ ਬੰਦਿਆ ਯਾਰ ਮੰਜੀ ਮੋਕ ਗਈਆਂ ਓ ਮੰਜੀਆਂ ਤਾਂ ਹੁਣ ਮੈਂ ਪਹਾਰਾ ਦਿੰਦਾ ਪਿਆ ਉਸ ਗਾਂ ਦਾ ਉਹ ਗਾਂ ਹੁਣ ਕਾਹਨੂੰ ਲਾ ਜਾਂਦੀ ਹੈ ਉਹਦੀ ਹਾਲ ਹਾਲ ਤੇ ਫੇਰ ਤੇ ਬਾਹਾਂ ਬਾਹਰ ਮੋੜੋ ਮੈਨੂੰ ਲੱਗਦਾ ਮੋੜ ਕਾਹੀ ਨਹੀਂ ਰਹੀ ਹੁਣ 20 ਤੇ 20 40 ਤੇ 60 ਲੱਖ ਨੂੰ ਬਾਈ ਤੋਂ ਪਵਾਇਆ ਉਸ ਲੱਖ ਨਾਲ ਮੈਂ ਪਰਨੀ ਲੈਣਾ ਹਾ ਐਵੇਂ ਦੀ ਐਨ ਹੋਰ ਵਾਧਿਆ ਉਹਨਾਂ ਨਾਲ ਅੱਜ ਗੱਲ ਕਰਨੇ ਆ ਵੇਖੀਏ ਤੇ ਸਹੀ ਮੈਂ ਕੀ ਸਾਡੇ ਗਾ ਰੋਲਾ ਪਿਓ ਆ ਗੱਲ ਇੰਜੇ ਜਾਂ ਸਾਡੀ ਗਾਂ ਨੇ ਤੇ ਜਾਂ ਉਹ ਪਿਓ ਪੋਤਰ ਉਹ ਪੋਤਰ ਨਹੀਂ ਨੰਦੇ ਜਾਂ ਗਾਲ ਪਾਉਣਾ ਤੇ ਜਾਂ ਗਾਂ ਮੋੜਾ ਸਾਰੀ ਸੁਰ ਲੱਗ ਜਾਂਦੀ ਬਾਜੀ ਹੋਰ ਪੂਰਾ ਬਾਜੀ ਇਹ ਸ਼ਗਾਦ ਹੋ ਹਾਂਜੀ ਪੌੜੀਆਂ ਤੂੰ ਲੱਗ ਗਿਆ ਸੀ ਗਾਂ ਕਦੀ ਗਾਈ ਕੋਲ ਵੀ ਗਾਈ ਨਵੇਂ ਦੁੱਧ ਹੋਈਆਂ ਮਤਲਬ ਗਾਈ ਸਾਨੂੰ ਗਾਈ ਬਣਾ ਗਏ ਸਾਨੂੰ ਉਹ ਗਾਂ ਸਾਨੂੰ ਵੀ ਉਹ ਗਾਂ ਹੀ ਬਣਾ ਗਏ ਵੇਂਦਾ ਪਿਆ ਹੁਕਮ ਜੀ ਗੱਲ ਇਹ ਬਈ ਇਹ ਮੈਨੂੰ ਦੱਸੋ ਬਈ ਤੁਹਾਡਾ ਕੋਈ ਲਾਣਾ ਦੇਣਾ ਅਸਾਂ ਜਿਹੜਾ ਸੱਤ ਤੁਸੀਂ ਮੰਗਦੇ ਰਹੇ ਹੋ ਨਹੀਂ ਇਹ ਦੱਸੋ ਬਈ ਗਾਂ ਅਸੀਂ ਲੈਂਦੇ ਰਹੇ ਤੁਸੀਂ ਇੱਕ ਵਾਰੀ ਸੱਤ ਤੋਂ 20,000 ਲਿਆ ਲਿਆ ਦੂਜੀ ਵਾਰੀ ਮੋੜ 20,000 ਲਿਆ 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 ਤੀਜੀ ਵਾਰੀ 60,000 ਲਿਆ ਹੀ ਨੇ ਲਿਆ ਇਹ ਗਾਂ ਕੋਲ ਵੀ ਗਾਂ ਕਦੀ ਨਵੇਂ ਦੋਤ ਬਣੀਆਂ ਤੁਸੀਂ ਸਾਨੂੰ ਕੌਣ ਸਮਝਿਓ ਆ ਇਹ ਦੋ ਹਾਂ ਮੈਨੂੰ ਪਤਾ ਹੀ ਥੋਈ ਨਹੀਂ ਤੂੰ ਜਿਹੜਾ ਮਿਸਣਾ ਹੈ ਇੰਦਾ ਵੀ ਨਾ ਬਾਣ ਮਿਸਣਾ ਤੇ ਗੇਤਲਾ ਬਾਲੋ ਮੈਨੂੰ ਤਾਂ ਚੰਗਾ ਸਮਝਿਓ ਆ ਓਏ ਅੱਲਾ ਦੇ ਬੰਦਿਆ ਜੇ ਤੁਸੀਂ ਚੱਡਲਾ ਨਾ ਹੋਆ ਜਿਹੜਾ ਲੱਖ ਸਾਨੂੰ ਦਿੱਤਾ ਨੇ ਦਾ ਲੈ ਲਓ ਆ